ਲੋ ਬਾਈ ਗੰਨੇ ਦੀ ਵਢਾਈ ਵੀ ਸ਼ੁਰੂ ਹੋ ਗਈ ਇੱਧਰ। ਛੋਟੂ ਬੀਜਣੇ ਵਾਸਤੇ ਲੈ ਕੇ ਚੱਲੇ ਆ ਕਿ ਕਲਾੜੀ ਵਾਸਤੇ? ਅੱਛਾ ਬੀਜ ਵਾਸਤੇ ਆ। ਮੈਂ ਵੀ ਕਹੀ ਜਾਵਾਂ ਬਾਈ ਇੰਨੀ ਖੇਤੀ ਕਿੱਥੇ ਉਹ ਮਗਦੇ ਰਸ ਵਾਲੇ ਨੂੰ ਵੇਚਦੇ ਆ। ਮੈਂ ਕਿਹਦੇ ਨੇ ਪਹਿਲਾਂ ਵੀ ਲੰਘਿਆ ਤਾਂ ਜਾਬੀ ਤੁਸੀਂ ਵੱਢਦੇ ਤੇ 85 ਆ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਬਾਕੀ ਬੈਠੇ ਜੀ ਮੋਟਰ ਪਰ ਆਏ ਹੋਏ, ਹਵਾ ਚੱਲਦੀ ਵਧੀਆ ਠੰਡੀ ਐਨ ਉਰੇ। ਚਰੀਆ ਵੀ ਸਾਡੇ ਪਾਣੀ ਮੰਗਣ ਲੱਗ ਗਿਆ, ਮੈਂ ਕਿਹਾ ਦਿਨ ਹੋ ਗਏ ਮੀਂਹ ਪਏ ਨੂੰ, ਪਾਸ਼ਵਾ ਜ਼ਿਆਦਾ ਸੁਕਾਉਂਦੀ ਆ। ਅੱਜ ਚਰੀ ਦੇਖ ਲਈ ਜਾ ਕੇ ਮੇਰੇ ਜਿਹੜੇ ਉੱਥੇ ਮੈਂ ਸਪਰੇਅ ਕਰਨੀ ਸੁਣਦੀ ਸੀ, ਕਮਲਾਈ ਖੜੀ ਹੋਣੀ ਇਕੱਠੇ ਹੋਣ ਲੱਗ ਗਏ। ਸਾਂਝੇ ਸਵੇਰ ਤਾਂ ਖੁੱਲ ਜਾਂਦੇ ਆ ਵੀ ਇੰਨਾ ਕੁ ਟਾਈਮ ਕੱਢਣਾ ਜਿਹੜਾ ਮੀਂਹ ਪਿਆ ਤਾਂ ਸਵੇਰੇ ਨਾ ਉਸ ਕਰਕੇ ਖੁੱਲ ਜਾਂਦੇ, ਗੋਭੂ ਪੈਂਦਾ ਜਾਂ ਪਾਣੀ ਉਹਦੇ ਖੁੱਲ ਜਾਂਦੇ ਮੇਰੇ। ਧੁੰਦ ਬਹੁਤ ਧੁੰਦ ਬਹੁਤ ਧੁੰਦ ਤੇ ਕਿਹੜੇ ਜਾ ਪਾਉਂਦੀ ਆ, ਉੱਧਰ ਵੀ ਆ ਗਈ ਹੁਣ। ਅੱਛਾ ਹਾਂ ਸਾਰੇ ਪੱਤੇ ਆ ਜਿਹੜੇ ਚਲ ਉੱਧਰ ਤਾਂ ਗਈ ਜਦੇ ਫੜਦੇ ਗਈ ਯਾਨੀ ਸਾਜ ਸਾਜ ਹੈਗੀ ਮੋਟਰਸਾਈਕਲ ਵੀ ਚਲਾਉਣ ਨੂੰ ਥੋੜਾ ਜਿਹਾ ਦਿੱਕਤ ਆਉਂਦੀ। ਆਪਣੇ ਪਤਾ ਕਹਿੰਦੇ ਆ ਸਤਲੁਜ ਪੈ ਗਿਆ ਨੇੜੇ, 25 ਨਹਿਰ ਪੈ ਗਈ ਇਹਦੇ ਕਰਕੇ ਬਹੁਤ ਫਰਕ ਅੱਗੇ ਲੰਘਿਆ ਤਾਂ ਮੈਂ ਫੇਰ ਆਇਆ ਯਾਰ, ਮੈਂ ਵੀ ਇਹਦਾ ਦੇਖਣ ਚੀਜ਼ ਆ ਵੀ ਆ ਕਿਹੜਾ ਮੌਸਮ ਆ ਗੰਨੇ ਦਾ, ਤੇ ਮੈਂ ਉਹਨਾਂ ਕੋਲ ਵੀਡੀਓ ਬਣਾ ਕੇ ਲੈ ਕੇ ਆਇਆ। ਮੈਂ ਵੀ ਰਸ ਵਾਲੇ ਨੂੰ ਜਾ ਰਿਹਾ ਵੀ ਕਲਾੜ ਵਾਲੇ ਨੂੰ ਕਹਿੰਦਾ ਸਰਦਾਰ ਜੀ ਵੀ ਉਹ ਬੀਜਣੇ ਵਾਸਤੇ ਆ। 85 ਆ ਕਿਹੜੀ ਜ਼ਮੀਨ ਵਿਹਲੀ ਪਈ ਆ ਕੋਈ ਆ ਕੇ ਪਤਾ ਭਈਆਂ ਦਾ ਪਤਾ ਹੋਵੇ ਬਜਾਈ ਦਾ। ਮੈਂ ਕਹਿੰਦਾ ਨੀ ਕੋਈ ਸਾਧਨ ਹੋਊਗਾ ਹੁਣ ਬੀਜਣੇ ਦਾ, ਕਹਿੰਦਾ ਗੰਨਾ ਧਾਨ ਵਾਲਾ ਖੇਤ ਵਿਹਲਾ ਹੋ ਗਿਆ, 2 ਸਾਲ ਹੋ ਗਏ ਗੰਨੇ ਨੂੰ ਖੜੇ ਨੂੰ। ਸ਼ਾਇਦ ਬਜਾਈ ਵਾਲਾ ਵੀ ਕੰਮ ਹੋਵੇ, ਉਧਰ ਮੱਕੀ ਮੁੱਕੀ ਵੀ ਹੈਗੀ ਉੱਥੇ, ਮੱਕੀ ਮੈਂ ਦੇਖੀ ਆ ਬੀਜੀ ਆਹਦਾ ਮੱਕੀ ਮੁੱਕੀ ਵਾਲੇ ਪਰ ਇਹਦੇ ਟਾਈਮ ਚ ਜੇ ਬਜਾਈ ਹੁੰਦੀ ਹੋਵੇ ਤਾਂ ਹੈ ਨਾ। ਹੁਣ ਜਿਹੜਾ ਕੱਤਕ ਜੇ ਵਿੱਚ ਬੀਜ ਦਿੰਦੇ ਕੋਈ ਤਾਂ ਉਹਦੇ ਚ ਕਣਕ ਬੀਜ ਦਿੰਦਾ, ਕੋਈ ਸਰੋਂ ਬੀਜ ਦਿੰਦਾ ਪਾਣੀ ਲਾਉਣਾ ਉਹ ਗਲਦੀ ਹੋਵੇ ਵਿੱਚ ਜਾਂ ਮੈਂ ਬਾਈਆਂ ਤਜਰਬਾ ਤਜਰਬਾ ਹੋਊਗਾ। ਮੈਂ ਨੀ ਕਹਿੰਦਾ ਹੁਣ ਅੱਖ ਉੱਖ ਜਿਹੜੀ ਕੱਚੀ ਹੋਊਗੀ ਜੰਮੇ ਹੋਊਗੀ ਸੁਥਰਾ ਬਹੁਤ ਕਹਿੰਦਾ ਗੰਨਾ ਸੁਧਰਾ ਹੀ ਹੋਣਾ ਹਾਲੇ ਤਾਂ ਗੰਨਾ ਚੱਲਿਆ, ਹਾਲ ਤਾਂ ਜਿਹੜੇ ਪੱਤੀ ਨੇ ਕਾਲੀ ਕਾਲੀ ਜੋ ਗੈਸ ਲੱਗ ਜਾਣਾ ਉਹ ਤਾਂ ਗਾਹਾਂ ਚੱਲਣਾ, ਹੁਣ ਤਾਂ ਗੰਨਾ ਤਾਜ਼ਾ ਹਲੇ ਉਹਦੇ ਕਰਕੇ ਅੱਖ ਵੀ ਨਰਮ ਹੈ ਵੀ ਤਾਂ ਐਵੇਂ ਬਹੁਤ ਘੱਟ ਝਾੜਦਾ ਨਰਮ ਅੱਖ ਦੇ। ਅੱਛਾ ਫਿਰ ਇੰਨੀ ਗੰਨੇ ਦੀ ਗਰੋਥ ਵੀ ਨੀ ਹੋਈ ਹੋਣੀ ਪੂਰੀ, ਹਲਦਾ ਹੋਰ ਵੱਧ ਆਉਣਾ ਉੱਪਰ ਨੂੰ ਬੀਜ ਵਾਸਤੇ ਜਿਹੜੇ ਟਾਈਮ ਆਪਾਂ 2 ਸਾਲ ਦਾ ਗੰਨਾ ਹੋ ਗਿਆ ਉਹ ਇਹ ਸਾਲ ਦਾ ਨੀ ਗੰਨਾ ਹੈਗਾ ਉਹ ਪਿਛਲੇ ਸਾਲ ਦਾ ਹੋਊਗਾ ਮੋਢਾ ਪਿਛਲੇ ਵਾਰ ਮੋਢਾ। ਹੁਣ ਜਿਹੜਾ ਮੋਢਾ ਹੈ ਜੇ ਆਪਾਂ ਉਹਦੇ ਜਦ ਤੱਕ ਮੇਲੇ ਚੱਲਣਾ ਮੈਂ ਕਹਿੰਦਾ ਫੁੱਟ 2 ਫੁੱਟ ਵਧੂਗਾ ਨੀ ਉਹ ਜ਼ਿਆਦਾ ਯਾਰ, ਪਿਛਲੀ ਵਾਰੀ ਵੀ ਕੀਤੇ ਵੱਢਿਆ ਜ਼ਿਆਦਾ ਆਪਣੇ ਇਹਨਾਂ ਦਾ ਗੰਨਾ ਤਾਂ ਨਾ ਇਹਨਾਂ ਦਾ ਗੰਨਾ ਤਾਂ
ਫਿਰ ਮੈਂ ਮੁੜਦੀ ਸਾਰਾ ਆਇਆ ਆਗ ਪਏ ਜਿੱਥੇ, ਫਿਰ ਮੈਂ ਚੱਲ ਅੱਜ ਦੇਖਦੇ ਆ ਕੁਦਰਤੀ ਉੱਥੇ ਘੱਟ ਲੱਗੇ, ਫਿਰ ਮੈਂ ਲੰਘ ਗਿਆ, ਫਿਰ ਮੈਂ ਵੀਡੀਓ ਬਣਾ ਕੇ ਲੈ ਕੇ ਆਇਆ। ਮੈਂ ਕਈ ਵਾਰੀ ਬੰਦਾ ਕਹਿੰਦਾ ਯਾਰ ਪਤਾ ਨੀ ਉਦਾਂ ਹੀ ਮਾਰੀ ਜਾਂਦੇ ਵੀਡੀਓ, ਕਿੰਨਾ ਕਿੰਨੀ ਜਗ੍ਹਾ ਦਾ ਘੱਟ ਹੋਦਾ ਸਹੀ ਹੈ। ਤਾਂ ਮੈਂ ਕਹਿੰਦਾ 50 ਤੇ ਭਰੀਆਂ ਘੜੀਆਂ ਕਿਹਦੇ ਨੇ, ਇਹ ਤਾਂ ਕਿੱਲੇ ਦੇ ਕਿੱਲੇ ਜਾਣੇ ਵਾਲਾ ਕੰਮ ਤੋਂ ਦਾ ਬੀਜੂਗਾ ਮੱਕੀ ਮੁੱਕੀ ਵਾਲਾ ਦਾ ਵੇਲਾ ਹੋਊਗਾ, ਜੇ ਬੀਜਣਾ ਹੋਵੇ ਤਾਂ ਬੀਜੂਗਾ ਮੱਕੀ ਵਾਲੇ ਚ। ਪਰ ਗੰਨਾ ਤਕੜਾ ਵਾ ਤਾਂ ਗੰਨੇ ਉਧਰ ਹੈਗੇ ਤਕੜੇ ਆ, 85 ਆ ਸਾਰੇ। ਤੇਰੇ ਹੁਣ ਪੈਗਾ ਫਰਕ ਕਿ ਨਹੀਂ ਹੈ ਜੀ? ਫਰਕ ਬਾਈ ਕੁਛ ਨੀ ਪਤਾ, ਕਿਹੜੇ ਗਿਆ ਪਾਸੋਂ ਦਾ ਕਰੀ ਆ ਕੱਲ ਉਧਰ ਲਾਂਗ ਕੇ ਸਾਰਾ ਦਿਨ ਕੱਲ ਉਧਰ ਲਾਂਗ ਕੇ ਦੋ ਤਿੰਨ ਦਿਨ ਮੈਂ ਪਤਾ ਲੱਗ ਜੂਗਾ ਬਾਕੀ ਦੇਖਦੇ ਖਾਨੀ ਹੋਰ ਕਰਨੀ ਪੈਣੀ ਕਦੀ ਕਰਨੀ ਤਾਂ ਫੇਰ ਪੈਣੀ। ਮੈਂ ਤਾਂ ਉਹਦੇ ਲਿਆ ਜੀ ਤੇ ਤੂੰ ਲਿਆ, ਮੈਂ ਕਿਹਾ ਵੀ ਘੜੀ ਘੜੀ ਨੀ ਮੈਂ ਘੁੰਮਣਾ, ਇੱਕ ਵਾਰ ਦੱਸ ਦੇ। ਕਹਿੰਦਾ ਵੀ ਚੈਸ ਕਰਦੇ ਮੈਂ ਜਿਹੜੀ ਮਾਸਲ ਨੀ ਜਾਂਦੀਆਂ ਦੋ ਸੀਸੀਆਂ, ਕਹਿੰਦਾ ਇੱਕ ਤਾਂ ਮਾਸਲ ਤੇਲੇ ਦੀ ਲੈ ਗਿਆ ਇੱਕ ਸੀ ਫਲੈਟ ਦੀ ਲੈ ਗਿਆ, ਮੈਂ ਤੂੰ ਮੈਨੂੰ ਇੱਕ ਸੀ ਫਲੈਟ ਦੀ ਦੇ ਦੇ ਇੱਕ ਚੈਸ ਦੇ ਦੇ ਨਾਲ ਦੇ ਸਟicker। ਅੱਛਾ ਹੁਣ ਅੱਜ ਜੱਗੇ ਦੇ ਲੱਗੇ ਹੋ ਕਰਨ, ਅੱਜ ਦੇ ਜੱਗੇ ਤਿੰਨ ਬੰਦੇ ਲੱਗੇ ਹੋ ਕਰਨ, ਆਹ ਕੱਲ ਫੋਨ ਕਰਦੇ ਨੇ ਸਪਰੇ ਸਾਰੇ ਹੀ ਲੱਗੇ ਕਰਨ, ਪਰ ਜਿਹੜਾ ਤੇਰੇ ਕਰਕੇ ਗਿਆ ਬਹੁਤ ਵਧੀਆ ਕਰਦਾ ਸਪਰੇ। ਹਾਂ ਇਹ ਵੀ ਬਾਈ ਕਹਿੰਦੇ ਆ, ਕਹਿੰਦੇ ਵੀ ਯਾਰ ਤੁਸੀਂ ਨਾ ਜਿਹੜੀ ਤਪੀਰੀ ਜੀ ਪੈਂਦੀ ਆ ਉਹ ਤਪੀਰੀ ਆ ਧੂੜਾ ਬਣਾਓ ਕਹਿੰਦਾ। ਹਾਂ ਕਹਿੰਦਾ ਉਹਦੀ ਅਸੀਂ ਗਾਰੰਟੀ ਨਹੀਂ ਲੈ ਸਕਦੇ, ਤੁਸੀਂ ਸਾਨੂੰ ਕਹਿੰਦਾ ਵੀ ਅਸਰ ਨਹੀਂ ਕਰਿਆ ਦਵਾਈ ਨੇ, ਕਹਿੰਦਾ ਧੁੰਦ ਬਣਨੀ ਚਾਹੀਦੀ ਆ, ਧੁੰਦ ਅਭੀ ਬਹੁਤ ਬਣਾਉਂਦਾ ਸ਼ੈਂਪੂ ਮੇਰੇ ਖੇਤ ਮੈਂ ਸਪਰੇ ਹੋ ਗਈ, ਇਹ ਤਾਂ ਉੱਡਦੀ ਆ, ਉੱਡਦੀ ਆ ਧੁੰਦ ਨਾ ਉੱਡਣਾ ਹੀ ਆਉਣਾ, ਜੇ ਆਪਾਂ ਧੂੜਾ ਬਣਾਉਣਾ ਨਾ ਉਹ ਨਾ ਉੱਡਣਾ, ਜੇ ਹੁਣ ਮਾੜਾ ਵਿੱਚ ਪਾਣੀ ਗੇਰਨਾ ਫਿਰ ਉਹ ਬਚ ਜਾਂਦੀ ਹੈ, ਪਾਣੀ ਤੇ ਵੀ ਦਿਖ ਜਾਂਦੀ ਵੀ ਹਾਂ ਇੱਥੇ ਤਾਂ ਖੋਲੀ ਮਨ ਜਾ ਸਮਝ ਜਾਂਦਾ ਵੀ 11 ਵਜੇ ਤੇ ਪਛਵਾ ਚੱਲਣ ਲੱਗ ਜਾਂਦੀ ਚੱਲ ਪੈਂਦੀ। ਅੱਜ ਥੋੜੇ ਲੇਟ ਚੱਲੇ, ਹੁਣ ਆਹ ਕਿੰਨੇ ਥੋੜੇ ਬੁੱਲੇ ਦੇ ਇਹ ਬੁੱਲੇ ਨੇ ਉਡਾਈ ਜਾਣੀ, ਹੁਣ ਹਵਾ ਦੇਖਾ ਕਿੰਨੀ ਜਲਦੀ ਪੂਰੀ ਜਾਂਦੀ ਆ, ਵੀ ਜਾਣੀ ਲੱਗ ਗਏ ਸਪਰੇਹਾਂ ਸਾਰੀ ਕਰਨ ਮਹੀਨੇ ਦੀ ਗੇਮ ਰਹਿ ਗਈ। ਹਾਂ ਡਰ ਲੱਗਦਾ ਯਾਰ, ਜਿਹੜੀ ਬਿੰਦਲ 110 ਆ, ਮੈਂ ਕਿਹਾ ਮਾਸਟਰ ਮੈਂ ਸੰਘਣੀ ਬਹੁਤ ਇਹਨੂੰ ਸੀ ਫਲੈਟ ਪਾਉਂਗੀ, ਦੋ ਡਿੰਗਾ ਪੱਟੀਆਂ ਨੀ ਗਾ ਸੀ ਫਲੈਟ, ਫਿਰ ਮਹਾ ਵੀ ਇੱਕ ਨਾਲ ਸਵੇਰੇ ਨਾਲ ਲਿਖਿਆ ਛੁੱਟਣ ਦਾ ਸਪਰੇਆਂ ਦੋ ਹੋਣੀਆਂ ਅੰਡੇ ਤੱਕਰੀ ਫਿਰ ਬਿਮਾਰੀ ਪੈ ਗਈ ਤਿੰਨ ਵੀ ਕਰੀ ਹਰੇਕ ਮੰਗਦੀ ਸਪਰੇ, ਹੁਣ ਆਇਆ ਸਾਨੂੰ ਇਹਦਾ ਪਤਾ ਖਾਨੀ ਕਫੋਣੀ ਹੋਣੀ ਸਪਰੇ, ਮੈਂ ਕਹਿੰਦਾ ਇਹਨੇ ਵੀ ਦੋ ਮੰਗ ਲੈਣੇ, ਇੱਥੇ ਲੋਕ ਟਰਾਲੀਆਂ ਲੈ ਗਈਆਂ ਵੱਢਣੇ ਨੂੰ, ਅਸੀਂ ਉਧਰ ਪੂਜਾ ਸਪਰੇ ਕਰਨ ਲੱਗੇ ਹੋ, ਹਵਾ ਪੈਂਦੀ
ਔਰ ਗਿਰਦੀ ਨੀ ਸੀ ਹੁਣ ਉੱਥੇ ਲਾਈ ਪਈ ਡੇੜੀ ਤਾਂ ਹੈਗੀ ਓ ਬਿਮਾਰੀ ਓ ਪੈਣੀ ਔਰ ਗਿਰਦੀ ਨੀ ਸੀ ਔਰ ਕਣਕ ਬਿਜਾਈ ਦੇ ਵਿੱਚ ਇਹਨਾਂ ਤੰਗ ਨੀ ਕਰਦੇ ਸੀ ਫੂਸ ਪਰਾਂ ਕੱਦ ਛੋਟਾ ਬਸ ਇੱਕ ਐ ਚੱਕਰ ਦਾ ਓਹਨੂੰ ਥੋੜਾ ਜਿਹਾ ਰੋਂਦੇ ਤੇ ਵੱਢਣ ਵਾਲੇ ਰੋਂਦੇ ਤੇ ਚਿੜੀ ਦੀ ਵੱਢਣ ਵਾਲੇ ਦੇ ਝਾੜਨੇ ਵਾਲੇ ਨਹੀਂ ਸਗਾਲੇ ਵੀ ਝੜਦੀ ਨੀ ਸੀ 460 ਮੈਂ ਲਾਈ ਸੀ ਪਿਛਲੀ ਵਾਰੀ ਪਰ ਥੋੜੀ ਮਿਹਨਤ ਪਾਵਾਂਗੀ ਬਾਅਦ ਚ ਸਫਾਈ ਪਾਵਾਂਗੀ ਪਰ ਆਲੇ ਗਰੇ ਬਣ ਜਾਂਦੇ ਤੇ ਕੱਦ ਇੰਨੀ ਤਾਂ ਤੇਰੇ ਵਾਲੇ ਚ ਨਹੀਂ ਝਾੜ ਵੀ ਵਧੀਆ 30 ਦਾ ਆਇਆ ਝਾੜ ਗੁਜਰਾਂ ਲਿਆਂਦੇ ਮਸ਼ੀਨਾਂ ਕੱਠੇ ਕਰਨ ਵਾਲੀਆਂ ਪਰਾਲੀ ਉਹਨੂੰ ਪੂਰੀ ਹੋਣੀ ਉਹਨਾਂ ਨੇ ਕਟਰ ਵੀ ਸੀਪੇ ਆਪਣੀ ਬਣਾਏ ਹੋਏ ਆ ਜਿਹੜੀਆਂ ਇਕੱਠੀਆਂ ਕਰਕੇ ਉਹ ਲਾਉਂਦੇ ਲੈਣ ਜੀ ਇਕੱਠੀ ਉਹਨਾਂ ਦੀ ਉਹ ਯਾਰ ਅੱਧ ਵੀ ਚੱਕ ਲੈ ਗਏ ਉਹ ਫੇਰ ਵਧੀਆ ਬਣ ਵਧੀਆ ਬਣ ਜਾਂਦਾ ਬਈ ਮੋਟਾ ਮੋਟਾ ਚੱਕ ਲੈਣਾ ਦੂਏ ਵਿੱਚ ਸੁੱਕ ਜਾਂਦੀ ਗਲ ਜਾਂਦੀ ਕਿੰਨਾ ਮੀਂਹ ਪਿਆ ਕਿੰਨਾ ਮੇਰੇ ਨੂੰ ਪਾਣੀ ਗਿਰਿਆ ਉੱਥੇ ਨੂੰ ਪਰ ਗਿਰੀ ਨਹੀਂ ਹੈਗੀ ਉਹ ਕਿੰਨਾ ਮੀਂਹ ਪਿਆ ਪਿਛਲੀ ਵਾਰੀ 460 ਇਹ ਤਾਂ ਠੀਕ ਹੈ ਸਾਨੂੰ ਐਂ ਲੱਗੀ ਜਾਂਦੇ ਕਹਿੰਦੇ ਪੱਕੇ ਦੇ ਥੋੜੇ ਜਿਹੇ 460 ਪਹਿਲਾਂ ਭਈਏ ਲਾਉਂਦੇ ਆ ਤੇ ਨਾਲੇ ਖੇਤਾਂ ਜਿਹੜੇ ਨੇ ਉਹਨੂੰ ਪਤਾ ਲੱਗਦਾ ਇਹਨਾਂ ਨੇ ਕੀਲਾ ਲਾ ਕੇ 1.5 ਕਿੱਲੇ ਦੇ ਦੁੱਧ ਵੀ ਵੇਚ ਦੀ ਜਗ੍ਹਾ ਕਹਿੰਦੇ ਤੈਨੂੰ ਐਂ ਨੀ ਕਹਿਣਾ ਵੀ ਕੀਲਾ ਲਾਤਾ ਵੀ ਘਾਟਾ ਕੀਲੇ ਦੇ ਵਧੂਗੇ ਵਧੂਗੇ ਜੀ ਵੀ ਦੇਖ ਲੈ ਹਰੇਕ ਉਹ ਕਰਦਾ ਦਬਾਉਂਦਾ ਇੱਕ ਵਾਰ ਜੋ ਜਦੋਂ ਮੈਂ 460 ਦੀ ਸੱਜੀ ਲੈਣ ਦਾ ਉਹ ਆੜਦੀ ਨੇ ਚੱਕ ਕੇ 475 ਦੇ ਦਿੱਤੀ ਅੱਛਾ ਉਹ ਵੀ ਠੀਕ ਹੈ ਉਹ ਵੀ ਠੀਕ ਹੈ ਇੱਕੇ ਵੈਰਾਈਟੀ ਆ ਇੱਕੇ ਆ ਕਵੇਰੀ ਵਾਲਿਆਂ ਦੀ ਕਵੇਰੀ ਵਾਲਿਆਂ ਦੀ ਚੱਲ ਵਧੀਆ ਲੋਟ ਆਉਣਾ ਚਾਹੀਦਾ ਜੀ ਬਾਕੀ ਹਾਲ ਦੀ ਘੜੀ ਜਿਹੜੀ ਚੀਜ਼ ਦਿਖਦੀ ਆ ਵੀ ਸੋਕਾ ਮੰਗਿਆ ਤਾ ਪਹਿਲਾਂ ਮੈਂ ਸਵੇਰੇ ਜਾ ਕੇ ਆਇਆ ਉਧਰ 8-9 ਵਜੇ ਜਾਂ ਚੱਲਦੀ ਸੀ ਯਾਰ ਮੈਂ ਦੇਖੀ ਥੋਲੇ ਉਹ ਗਾਹ ਵੀ ਚੱਲਦੀ ਸੀ ਉਹ ਹਾਂ ਚੱਲਦੀ ਸੀ ਭਾਈ ਉਹਦੀ ਸਰਨੇ ਵਾਲੀ ਮੈਂ ਫੇਰ ਆ ਗਿਆ ਇੱਥੇ ਮੈਨੂੰ ਘਰਾਂ ਕੋਈ ਕੰਮ ਤਾ ਮਹਾਂਦਰ ਮੈਂ ਮੁੜ ਕੇ ਜਾ ਕੇ ਨਾਲੇ ਬਰਸੀਨ ਲਿਆਉਂਦਾ ਬਾਜਰਾ ਵੱਢ ਕੇ ਵੀ ਹੁਣ ਉਹ ਜੀ ਉਤਰ ਲਈ ਨਹੀਂ ਮੈਂ ਸਵੇਰ ਨੂੰ ਚਲਾ ਦਿੰਦਾ ਜਾ 1 ਕਿੱਲੇ ਦੇ ਮਹਾਂ ਜਾ 10 ਵਜੇ ਵੱਢਦਾ 10 ਵਜੇ ਵੱਢਣ ਲੱਗਿਆ ਤੁਰਨ ਲੱਗਿਆ ਘਰ ਤੇ ਚਾਹ ਪੀ ਕੇ ਘਰ ਦੇ ਨੇ ਜਦੇ ਕਹਿਤਾ ਕਹਿੰਦਾ ਵੀ ਮੈਂ ਜੋਗੀ ਸੂਹ ਲਿਆਉਣੀ ਆ ਮੈਂ ਸੂਹਣੇ ਵਾਲੀ ਆ ਕਹਿੰਦੇ ਵੀ ਥੋੜੀ ਸੂਹ ਪਾ ਦਿਆ ਕਰੂੰਗਾ ਯਾਰ ਹੋਰ ਸਮਾਨ ਜਿਹਾ ਲੈਂਦਾ ਵਾ ਹਾਲੇ ਹੁਣ ਘੀਚ ਭੁੰਨ ਕੇ ਬਣਾਇਆ ਹੋਇਆ ਪੇਟ ਫੋੜ ਦੀ ਯਾਰ ਦੂਆ ਸੁਨੇਹਾ ਅੰਦਰ ਜਦੇ ਲੱਗ ਕੇ ਕਹਿੰਦੇ ਆਟਾ ਵੀ ਰੱਖੇ ਨਾਲੇ ਮਹਾਂ ਪਹਿਲਾਂ ਇਹਨਾਂ ਦੀ ਕਮਰ ਵੇਣਾ ਹੈ ਚੱਲ ਮੈਂ ਮੋਟਰਸਾਈਕਲ ਕੁੰਡਾ ਖੋਲ ਕੇ ਤੇ ਦੂਏ ਪਾਸੇ ਡੰਗਰ ਕਹਿੰਦੇ ਮੋਟਰਸਾਈਕਲ ਥੱਲੇ ਖੜਾਇਆ ਹੀ ਹੈ ਜਾ ਕੇ ਬਸ ਯਾਰ ਮੁੜ ਕੇ ਇਹਨੂੰ ਆਇਆ ਆਪਣਾ ਗਲੀ ਕਿੰਨੇ ਨੂੰ ਡੰਗਰ ਵਾਲਾ ਕੁੰਡਾ ਡਾਉਣ ਨੂੰ ਜੋ ਜਿਹੜਾ ਵਾਈਫਾਈ ਲਾਉਣ ਵਾਲਾ ਉਹ ਆ ਗਿਆ ਮੋਟਰਸਾਈਕਲ ਲੈ ਕੇ ਜੀਓ ਦਾ ਆਪਣੇ ਰੇਂਜ ਹੈਗੀ ਹਾਂ ਇੱਕ ਬਾਈਕ ਆ ਤਾਂ ਕਹਿੰਦਾ ਕਹਿੰਦਾ ਤੁਸੀਂ ਧਰਨੇ ਲਾਉਂਦੇ ਤੇ ਅੱਛਾ
ਸਾਲ ਪਹਿਲਾਂ ਉਸ ਦਿਨ ਮਾਰਤੇ ਵਾਲੀ ਦੀ ਗੱਲ ਸੁਣਾ ਦਿੰਦਾ ਸਾਰਾ, ਫਿਰ ਉਹ ਕਈ ਪ੍ਰਸਿੱਧ ਗਾਂ ਗਾਂ ਚੱਲੀ ਜਾਂਦੇ ਗੁਰਬਾਣੀ ਮੰਗਣਾ ਫੜੋ ਜੀ ਢੋਲ ਗਾਂ। ਉਹ ਭਾਈ ਫਿਰ ਫਾਈਬਰ ਵਾਲਾ ਆ ਗਿਆ, ਆਟਾ ਵੀ ਫਿਰਿਆ ਗਿਆ, ਸੋਨੂੰ ਫਿਰਿਆ ਗਈ, ਫਿਰ ਉਹਦੇ ਗੱਲ ਲੱਗ ਗਿਆ। ਉਹ ਵੀ ਫੋਨ ਬਹੁਤ ਕਰਦਾ, ਉਹਨੂੰ ਫੋਨ ਬਹੁਤ ਆਉਂਦੇ ਆ, ਉਹਨਾਂ ਮੇਰਾ ਘਾਟਾ ਭੰਨਤਾ। ਚੱਲ ਉਹ ਆਪਣਾ ਫਿੱਟ ਜਿਹਾ ਕਰਕੇ ਗਿਆ, ਉਹਦੇ ਬਾਅਦ ਮੈਂ ਆਟਾ ਰੱਖਣ ਚੱਕਿਆ, ਆਟਾ ਧੋ ਕੇ ਕਣਕ ਸੁਕਾ ਕੇ ਰੱਖੀ ਵੀ ਦਸ ਬਾਰਾਂ ਦਿਨ ਦੀ, ਥੈਲਾ ਉੱਕਣੇ ਆਏ ਰੱਖਿਆ ਹੋਇਆ। ਜਦ ਮੈਂ ਥੈਲਾ ਚੱਕਿਆ, ਥੈਲੇ ਥੱਲੇ ਤੇ ਸੁਸਰੀਆਂ ਚਾਰ ਪੰਜ ਕਤੁਰੀਆਂ, ਮਹਾਲੇ ਨੂੰ ਸੁਸਰੀ ਲੱਗ ਗਈ ਹੁਣ ਜਦ ਧੋ ਕੇ ਰੱਖੀ ਆ। ਚੱਲ ਸਾਰਿਆਂ ਨੇ ਦੇਖਿਆ ਹੱਥ ਚੱਕ, ਡੈਡੀ ਨੂੰ ਦੇਖਿਆ, ਕਹਿੰਦਾ ਹੈ ਤਾਂ ਹੈ ਨੀ, ਮਾਂ ਛਾਣਨ ਲਿਆ, ਛਾਣ ਨੀ ਪੈਣੀ ਆ ਕਿਆ ਪਤਾ ਭਾਈ, ਛਾਣ ਲਈ ਗਿਰੀਆਂ ਜਿਹੜੀ ਪਾ ਸੱਤ ਕੁ ਵਿੱਚ, ਸਾਰੀ ਕਣਕ ਛਾਣੀ ਜਿਹੜੀ ਹੈਗੀ ਸੀ ਉਹ ਹੈਗੀ ਸੀ 45 ਕਿਲੋ ਦੇ ਗੇੜ ਚ, 45 ਕਿਲੋ ਛਾਣ ਕੇ ਉਹ ਰੱਖ ਕੇ ਆਇਆ ਉੱਥੇ। ਜਾਂ ਉੱਥੇ ਤੁਰਨ ਲੱਗਿਆ ਮਾਰਾ, ਹੁਣ ਕੱਖ ਵੱਢ ਕੇ ਲਿਆਉਂਦਾ, ਨਾਲੇ ਪਾਣੀ ਲੈ ਕੇ ਆਉਂਦਾ, ਕਿੱਥੇ ਪਾਣੀ ਲਾਉਣਾ। ਉਹ ਕਹਿੰਦਾ ਖੜ ਜਾ, ਕਹਿੰਦਾ ਹੁਣ ਤੂੰ ਆਪਣਾ ਗੈਲੇ ਲੈ ਜੀ ਲੱਕੀ ਵੈਲੂ, ਕਹਿੰਦਾ ਮੈਂ ਉੱਥੇ ਬੈਠ ਗਿਆ। ਚੱਲ ਅੱਧਾ ਗਾਟਾ ਉਹ ਘੁੱਟੇ ਫੁੱਟ ਗਿਆ, ਘਰ ਆਉਂਦਾ ਨੂੰ 12 ਵਜੇ, 12 ਵਜੇ ਘਰਦਿਆਂ ਨੇ ਰੋਟੀ ਦੇ ਦਿੱਤੀ, ਰੋਟੀ ਖਾ ਲਈ। ਮਹਾਂ ਵੀ ਹੁਣ ਮਾਜਾ ਮੋਟਰਸਾਈਕਲ ਚੱਕਿਆ, ਫੇਰ ਟੋਕਦਾ, ਕਹਿੰਦੇ ਹੁਣ ਤਾਂ ਪਹਿਲਾਂ 30 ਵਜੇ ਬੱਦਲ ਲਿਆ ਹੋ ਜਾਂਦਾ, ਮੈਂ ਤੁਹਾਨੂੰ ਪਤਾ 30 ਵਜੇ ਬੱਦਲ ਹੋ ਜਾਂਦਾ। ਆ ਮੈਂ ਚੱਕਿਆ ਮੋਟਰਸਾਈਕਲ, ਮੋਟਰ ਨੂੰ ਆ ਗਿਆ, ਮਾਜਾ ਬੱਦਲ ਹੋਊਗਾ ਮੋਟਰਸਾਈਕਲ, ਪਤਾ ਹੀ ਲੱਗਣਾ ਬੱਦਲ ਹੋਊਗਾ। ਇਹ ਤਾਂ ਹੈ ਵੀ ਇੱਕਣਾ ਉਹਨੂੰ ਇੱਕ, ਮੈਂ ਤੁਹਾਨੂੰ ਦੱਸਦਾ ਜਿਹੜੀ ਗੱਲ ਚੱਲ ਰਿਹਾ ਕਿ ਬਾਈ ਦਾ ਕਮੈਂਟ ਆਇਆ ਵਾ, ਕਹਿੰਦਾ ਜਦ ਤਾਂ ਤੁਸੀਂ ਧਰਨਾ ਦੱਸਿਆ ਵੀ ਜੀਓ ਵਾਲਿਆਂ ਦਾ ਅਸੀਂ ਆਏ ਨੀ ਕਰਨਾ, ਆਏ ਨੀ ਕਰਨਾ, ਵੀ ਹੁਣ ਯਾਰ ਕਰੀਏ ਕਿ ਇੱਕ ਤਾਂ ਜਿਹੜਾ ਨੈਟ ਹੀ ਹੋਵੇ ਇਕੱਲਾ, ਇਹ ਉਹਨਾਂ ਦਾ ਸਾਡਾ ਮੁਲਕ ਸਾਹਮਣੇ ਸੜਕਾਂ, ਉਹਨਾਂ ਦੇ ਰੋਡ ਸਾਰਾ ਉਹਨਾਂ ਦਾ ਬਣ ਗਿਆ, ਏਅਰਟੈਲ ਵੀ ਐਸ ਨੂੰ ਵੀ ਖਰੀਦਿਆ, ਸਾਰਾ ਕੁਝ ਉਹਨਾਂ ਦਾ ਹੋ ਗਿਆ। ਹਾਂ ਤੂੰ ਖਰਚਾ ਆਪਣੀ ਇੱਕ ਅੱਧੀ ਪੀੜੀ ਹੋਰ ਲੰਘ ਲੈਣ ਦੇ ਗਾ, ਇਹਦਾ ਬੰਦਿਆਂ ਦੇ ਇਹਨਾਂ ਨੇ ਚਿੱਪ ਲਾ ਦੇਣੀ, ਤੇਰੇ ਸਾਹਮਣੇ ਕੋਰੋਨਾ ਆ ਗਈ, ਕਹਿੰਦੇ ਅਸੀਂ ਕਹਿੰਦੇ ਟੀਕੇ ਲਓ, ਅਸੀਂ ਕਹਿੰਦੇ ਵੀ ਲਾਉਣੇ ਨੀ ਹੈਗੇ। ਇਹਨਾਂ ਨੇ ਇਹ ਸਿਸਟਮ ਕਰਤਾ ਵੀ ਜੇ ਕਿਸੇ ਦਾ ਸਰਕਾਰੀ ਕੰਮ ਕਰਨਾ ਪੈਣਾ ਉਹ ਦੇਖੋ ਵੀ ਮੋਹਰ ਲੱਗਿਆ, ਟੀਕਾ ਲੱਗਿਆ ਵਾ ਤਾਂ ਕੰਮ ਹੋਣਾ, ਨਹੀਂ ਬੈਂਕਾਂ ਨੀ ਬੰਦ, ਸਾਰਾ ਯਾਰ ਆਹੀ ਸਕੀਮ ਇਹਨਾਂ ਨੇ ਫੇਰ ਕੱਢਣੀ ਆ ਵੀ ਬੰਦੇ ਦੇ ਪਹਿਲਾਂ ਚਿੱਪ ਫਿੱਟ ਕਰੋ, ਜਿਹਦੇ ਹੈਗੇ ਚਿੱਪ ਉਹਦਾ ਸਰਕਾਰੀ ਕੰਮ ਕਰੋ, ਇੱਥੇ ਦੇਸ਼ ਚ ਨਹੀਂ ਕਰੋ ਕਰੋ। ਚਿੱਪ ਤਾਂ ਲੱਗ ਗਈ ਅਮਰੀਕਾ ਦੇ, ਬੋਰਡ ਪੈਂਦਾ, ਬੋਰਡ ਪੈਂਦਾ, ਉਹਨਾਂ ਦੇ ਚਿੱਪ ਲਾਉਂਦੇ ਉਰੇ, ਇੰਨੇ ਕਿਲੋਮੀਟਰ ਤੁਸੀਂ ਕੰਮ ਕਰ ਸਕਦੇ ਆ, ਉਹਦੇ ਗਾਹ ਚੱਲ ਗਿਆ, ਬੰਦੇ ਨਾਲ ਰੱਜਿਆ ਵਾ ਬੰਦਾ ਫੇਰ ਵੀ ਨੀ ਰੱਜਦਾ ਹੈਗਾ, ਇਹਨੇ ਹੈ ਆਉਟਪੁੱਟ ਜਿਹੜੇ ਭੁਲੇਖਾ ਹੀ ਆ ਉਹਨਾਂ ਦਾ, ਜਿਹਦੇ ਜਿਹਨਾਂ ਕੋਲ ਜਿਆਦਾ ਇਨਕਮ ਆ ਉਹਨੂੰ ਉਨੇ ਹੀ ਖਰਚੇ, ਡਾਣੀ ਪਾਣੀ ਨਾਲ ਸਾਡੇ 6 ਮਹੀਨੇ ਹੋ ਗਏ ਵਿਆਹ ਨੂੰ ਚੱਲਦੇ ਨੂੰ, ਸਾਰਾ ਪਿੰਡ ਵਿਆਹ ਹੋ ਜਾਣਾ। ਮੈਂ ਇਹਨਾਂ ਦੱਸਦਾ ਇਹ ਗਾਂ ਇਹ ਇਹਨਾਂ ਦੀ ਪੀੜੀ ਹੋ ਜਾਣੀ ਖਤਮ, ਇਹਨਾਂ ਨੇ ਮੁਲਕ ਵੀ ਖਤਮ ਕਰ ਦਿੰਦੇ, ਜਿਹੜੇ ਖਰੀਦ ਰਹੇ ਨੇ ਤੈਨੂੰ ਦੱਸਦਾ ਚੱਪਾ ਜੇ ਲਵਾ ਕੇ ਪਤਾ ਨੀ ਕਿਆ ਕਿਆ ਕਰ ਦਿੰਦਾ, ਇਹ ਤੈਨੂੰ ਸਿਸਟਮ ਆ ਜਾਣਾ। ਆ ਕਰੋਨਾ ਦੇ ਤੇਰੇ ਸਾਹਮਣੇ ਇਹਦਾ ਕੰਮ ਕਰਨਾ ਨੇ, ਟੀਕੇ ਲਾਉਣੇ ਪੈਣੇ, ਹੁਣ ਆਪੇ ਦੱਸਦੇ ਵੀ ਅਟੈਕ ਹੋਣਾ, ਪਹਿਲਾਂ ਆਪੇ ਕਹਿੰਦੇ ਸਰਕਾਰ ਵੀ ਤੁਸੀਂ ਲਵਾਉਣਾ ਤੁਹਾਡਾ ਕੋਈ ਕੰਮ ਨੀ ਹੋਣਾ, ਹੁਣ ਆਪੇ ਕੋਵਿਡਸ਼ੀਲਡ ਕੋਵੈਕਸੀਨ ਲਵਾਓ, ਪਹਿਲਾਂ ਤਾਂ ਅੱਧੇ ਦਿਨ ਇਹਨੂੰ ਮਾਰਤੇ ਤੈਨੂੰ ਕਰੋਨਾ ਨੀ ਨਿਕਲ ਗਿਆ, ਜਿਹਨੇ ਨੇ ਕਰੋਨਾ ਉਰੇ ਨਿਕਲ ਗਿਆ ਇੱਕ ਬੱਲੇ ਕੇ ਮੁੜ ਕੇ, ਮੈਂ ਨੀ ਕਹਿੰਦਾ ਘਰਾਂ ਕੋਈ ਹੋਇਆ, ਖਾਤਮੇ ਕਰਿਆ ਸਭ ਕਦੋਂ, ਹੁਣ ਟੀਕੇ ਸਾਰੇ ਲੱਗ ਲਿਆ, ਹੁਣ ਅੱਧੇ ਨੂੰ ਅਟੈਕ ਬਾਅਦ ਚ ਇਹਨਾਂ ਨੂੰ ਕਰਦੇ ਵੀ ਅਟੈਕ ਹੁੰਦੇ ਹੀ ਕਰੋਨਾ, ਦੂਰਦਰਸ਼ਨ ਹੋ ਗਏ ਇਹੋ ਜਿਹੇ ਹਾਲਾਤ ਆ, ਕੁਛ ਨੀ ਪਤਾ ਲੱਗਦਾ ਕਿਆ ਕੁਛ ਹੋ ਜਾਣਾ ਇੱਥੇ, ਕਹਿੰਦੇ ਰਾਜਰੀ ਪਰ ਜਾ ਦੇਣੀ ਆ। ਮੈਂ ਤਾਂ ਦੱਸਦਾ ਕਹਿੰਦੇ ਜੀਓ ਦਾ ਮੈਂ ਹੁਣ ਜਿਹੜੇ ਸਾਡੇ ਰੇਜ ਆ, ਹੁਣ ਅਸੀਂ ਇੱਥੇ ਏਅਰਟੈਲ ਇਹਨਾਂ ਨੇ ਖਰੀਦਿਆ ਵਾ, BSNL ਦਾ ਲੱਗ ਉਹ ਚੱਲਦਾ ਹੀ ਨੀ ਹੈਗਾ, ਉਹ ਚੱਲਦੇ ਨੀ ਸਮਝ, ਖਤਮ ਕਰਤੇ ਇਹਨਾਂ ਨੇ, ਹੋਰ ਸਾਡੇ ਨੈਟ ਨੀ ਕੋਈ ਹੈਗਾ, ਜਿਹੜੀ ਰੇਂਜ ਆ ਉਹ ਹੀ ਗੱਲ ਤਾਂ ਉਹਨੂੰ ਕਰਨੀ ਪੈਣੀ ਸਮਝ, ਜੇ ਹੁਣ ਫੋਨ ਚ ਹੀ ਪੈਸੇ ਪਾਉਣੇ ਆ
ਕੋਈ ਬਿੱਲ ਨੀ ਮੇਰੇ ਫੋਨ ਚ ਰਿਕਾਰਡ ਪਾਤਾ ਉਹਨਾਂ ਨੇ ਉਸ ਦਿਨ ਮੈਂ ਗਿਆ ਮਾਹਰ ਉਹਦਾ ਤਾਂ ਬਿੱਲ ਨਾ ਬੋਲ ਆਉਂਦਾ ਕਹਿੰਦਾ ਕਿੰਨਾ ਟਾਈਮ ਹੋ ਗਿਆ ਮੈਂ ਹੋ ਗਿਆ ਹੁਣ 6-7 ਮਹੀਨੇ ਉਹਦਾ ਸਾਲੇ ਗਿਆ ਇੱਕ ਮਹੀਨਾ ਘੱਟ ਸਾਲ ਜਿਹਾ ਦੇਖਣ ਉਹਨੇ ਉਹ ਕਹਿੰਦਾ ਬਾਈ ਆਇਆ ਹੋਇਆ ਤਾਂ ਨੀ ਬਿੱਲ ਹੈਗਾ ਹੈ ਜੀਰੋ ਪਰ ਆਹ ਤੇਰਾ ਕੋਡ ਆ ਚੱਕ ਇਹ ਆਹ ਭਰ ਲੈ ਐਪ ਕੰਧ ਭਲਾਈ ਵੀ ਲਿਖ ਕਹਿੰਦਾ ਜੀ ਤੇਰਾ ਸਾਰਾ ਕੁਝ ਭਰੀ ਹੋ ਸਾਰਾ ਕੁਝ ਉਹਦੇ ਚ ਆਉਂਦਾ ਉਹਦੇ ਵਿੱਚ ਆਉਂਦਾ ਰੋਜ਼ ਦੀ ਰੋਜ਼ ਆਉਣਾ ਰੋਜ਼ ਦਾ ਰੋਜ਼ ਦੇਖੀ ਦੋਨੋਂ ਖੁੱਲ ਜਾਣਾ ਜੇਕਰ ਤੇਰੇ ਮੋਬਾਈਲ ਚ ਪੈਸੇ ਮੁੱਕ ਗਏ ਬੰਦ ਉਹ ਚੀਜ਼ ਹੁਣੇ ਪਾਸ ਆ ਉੱਥੇ ਰਿਕਾਰਡ ਜਾਈਆ ਹੌਲੀ ਹੌਲੀ ਜਿਹਾ ਸਾਰੇ ਹੀ ਹੋ ਗਏ ਇੱਕ ਵਗਣ ਇਹਨਾਂ ਵੀ ਸਾਰੇ ਬਦਲ ਦੋ ਬਹੁਤ ਤੇਰਾ ਹਜ਼ਾਰ ਰੁਪਏ ਦਾ ਪਵਾਇਆ ਤਾ ਜਾਂ ਕਹਿੰਦੇ ਵੀ ਮਾਸੜ ਪੈਗ ਮਹਿੰਗੇ ਹੋ ਗਏ ਜਾਂ ਪਵਾ ਲਿਆ ਮੈਂ ਨੱਠ ਭਾਜੀ ਜੀ ਪਵਾ ਲਿਆ ਉਹਨਾਂ ਸੀ ਪੈਸੇ ਆਪ ਕਰਤਾ ਹਾਂ ਪਿਛਲੇ ਮਹੀਨੇ ਪਵਾਇਆ ਮੈਂ 900 ਹੋ ਗਿਆ 400 ਮੇਰੇ ਕੋਲ ਬਿੱਲ ਹੋਰ ਕੱਢਤਾ ਹੁਣ ਤਾਂ ਮਹੀਨੇ 1400-1500 ਚ ਪੈ ਗਿਆ ਛੇੜ ਕਰਨੀ ਹੋ ਗਈ ਇਹਨਾਂ ਨੂੰ ਐ ਲੱਗੇ 1000 ਰੁਪਏ ਪਕਾਏ ਹੁਣ ਐ ਨੀ ਪਤਾ ਬਿੱਲ ਪਰ ਕਰਤਾ ਉਹਨਾਂ ਨੇ ਉਹਨਾਂ ਨੂੰ ਪਤਾ ਵੀ ਇੱਥੇ ਛੇਤੀ ਦੱਬ ਦੇਣਾ ਇਹਨਾਂ ਨੇ ਕੰਮ ਹੋ ਜਾਣਾ ਸਾਰੇ ਹੁਣ ਆਪਾਂ ਕਹੀ ਜਾਂਦੇ ਹੁਣ ਸਾਰੇ ਠੱਗਾ ਇਹ ਵੀ ਸਾਰੇ ਠੱਗੇ ਯਾਰ ਕਾਰਪੋਰੇਟ ਦੇ ਅੰਦਰੇ ਆ ਗਏ ਸਾਰੇ ਜੀਓ ਵੀ ਏਅਰਟੈਲ ਵੀ ਬੀਐਸਐਨਐਲ ਇਹਨਾਂ ਨੇ ਖਤਮ ਕਰਤਾ ਉਹ ਵੀ ਗਾ ਉਹਨਾਂ ਨੇ ਖਰੀਦ ਲਿਆ ਟਾਵਰ ਆਪਣੇ 1 ਕਿਲੋਮੀਟਰ ਪਿੰਡ ਦੇ ਵਿੱਚ ਚੱਲਦਾ ਹੀ ਜਾਏਗਾ ਰੋਂਦੇ ਆ ਉਹ ਤੀਏ ਦਿਨ ਡੱਬਾ ਜਾਂ ਪੱਟੀ ਬੈਠੇ ਹੁੰਦੇ ਇੱਥੇ ਫਿਰ ਏਅਰਟੈਲ ਦਾ ਇਹ ਮਹਿੰਗਾ ਪੈ ਗਿਆ ਸਾਰਾ ਨਾਲੋਂ ਮਹਿੰਗਾ ਇਹ ਆ ਯਾਰ ਇਹਨਾਂ ਨੂੰ ਬੀਐਸਐਨਐਲ ਨੂੰ ਕਹਿ ਵੀ ਨੀ ਸਕਦਾ ਕੋਈ ਉਹ ਜਨਰੇਟਰ ਹੈ ਜਾਂ ਲਾਈਟ ਭੱਜ ਗਈ ਜਦੋਂ ਬੰਦ ਹੋਦਾ ਸਾਰਾ ਕੁਝ ਕਦੇ ਚਲਾਇਆ ਨਹੀਂ ਹੈਗਾ ਉਹਨਾਂ ਨੇ ਇਹਨਾਂ ਦੀ ਜੜ ਮੇ ਏਅਰਟੈਲ ਨੇ ਲਾਤਾ ਕਿੱਥੇ ਨੂੰ ਕਾਮਯਾਬ ਹੋ ਜਾਊਗਾ ਕਿੱਥੇ ਜਾਮ ਹਾਂ ਇਹ ਜੇ ਬੀਐਸਐਨਐਲ ਸਾਰੇ ਮਿਲੀ ਭੁਗਤ ਕਰੇ ਕੰਮ ਚੱਲਦੇ ਯਾਰ ਮਿਲੀ ਭੁਗਤ ਕਰੇ ਕੰਮ ਚੱਲਦੇ ਆ ਹੁਣ ਬੰਦੇ ਤਾਂ ਆਪਣੀ ਸਹੂਲਤ ਦੇਖਣੀ ਫੋਨ ਐਡਰੇ ਚੱਕੀ ਫਿਰਦੇ ਆ ਸਾਰਾ ਕੰਮ ਕਰਿਆ ਸਹੂਲਤ ਵਾਸਤੇ ਹੀ ਆ ਆਹੀ ਜਿਹੜੇ ਬਿੱਲ ਤਾਂ ਕਿਸਾਨਾਂ ਵਾਲਾ ਆਹੀ ਕੰਮ ਹੋਣਾ ਤਾਂ ਗਏ ਤੇ ਕਿਕੜਾ ਪੀਂਕ ਬਲਾਂਗੜਾ ਪਾਇਆ ਬੋਣੀ ਪਈ ਧਰਤੀ ਕਰਦੇ ਨੂੰ ਬਟਾਲੇ ਕਿੰਨੇ ਮੈਂ ਕਹਿੰਦਾ 20 ਕਿਲੋਮੀਟਰ ਗਏ ਆ ਉਹੀ ਰੋਡ ਸਾਲਾ ਕਦੇ ਇੱਧਰ ਹੋ ਜਾਏ ਕਦੇ ਸਾਤੇ ਉਹੀ ਕਦੇ ਰੋਡ ਰੋਡ ਕੱਢਿਆ ਉੱਥੇ ਸਾਰੇ ਇਕੱਠੇ ਉੱਥੇ ਹੋਣੇ ਜਾ ਕੇ ਯਾਰ ਇਹ ਖੁੰਜਾ ਜਾ ਬਣ ਜਾਂਦਾ ਜਿਸ ਜਾਣੇ ਉਹ ਖੁੰਜੇ ਜਿਹੜੇ ਇਕੱਠੇ ਹੁੰਦੇ ਆਪਣੇ ਦਾਦਾ ਟਾਵੇਂ ਟਾਵੇਂ ਜਾਂਦੇ ਆ ਉਧਰ ਦੇਖ ਖੜੇ ਸਭ ਇਕੱਠੇ ਹੁੰਦੇ ਉਹ ਫਿਰ ਬਾਰਡਰ ਏਰੀਆ ਆ ਗਿਆ ਨਾ ਹਾਂ ਚੱਲ ਬਾਈ ਠੀਕ ਹੈ ਇੱਕ ਗੰਨੇ ਦੀ ਪਾਉਣੀ ਆਪਾਂ ਨੇ ਸਾਰਿਆਂ ਦੇ ਮੂਹਰੇ ਵੀਡੀਓ ਜਿਹੜੀ ਉਹ ਦੱਸਿਓ ਵੀ ਬੀਜ ਹੁੰਦਾ ਗੰਨਾ ਕਿਕਣਾ ਹਨਾ ਦੱਸਿਓ ਬਾਈ ਇਹ ਮਹੀਨੇ ਹਾਂ ਵੀ ਕਾਮਯਾਬ ਹੈ ਕਿ ਉਦਾਂ ਹੀ ਦੱਬਣੇ ਦਾ ਵੀ ਅਗਲੇ ਨਾਲ ਮੱਕੀ ਵਾਲੇ ਚ ਬੀਜਣਾ ਕਿ ਉਹੀ ਘਲਾੜ ਵਾਲੇ ਵਾਸਤੇ ਕਿਕਣਾ ਦਾ ਪ੍ਰੋਗਰਾਮ ਹੈ ਜਿਹੜੇ ਸੀਪੇ ਨਾਲ ਭਈਆਂ ਤੇ ਪੁੱਛਿਆ ਤਾਂ ਉਹ ਕਹਿੰਦੇ ਬੀਜਣਾ ਹਾਂ ਵੀ ਚਲੋ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।